ਪਨੀਰ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰ ਲਾਂਗੇ ਕਿਉਂਕਿ ਅੱਜ ਇੱਕ ਬਹੁਤ ਅਹਿਮ ਮੀਟਿੰਗ ਹੋਣ ਵਾਲੀ ਹੈ। ਅਧਿਕਾਰੀ ਜਿਹੜੇ ਹੈਗੇ ਉਹ ਜੁੜੇ ਨੇ। ਪਨੀਰ ਸਾਹਿਬ ਅੱਜ ਪਹੁੰਚੇ ਹੋ, ਅਧਿਕਾਰੀਆਂ ਦੇ ਨਾਲ ਮੀਟਿੰਗ ਹੋ ਰਹੀ ਹੈ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿਹੜੇ ਕਿਹੜੇ ਅਧਿਕਾਰੀ ਇੱਥੇ ਪਹੁੰਚ ਰਹੇ ਨੇ, ਕਿਹੜੇ ਕਿਹੜੇ ਮੰਤਰੀ ਨਾਲ ਵੀ ਤੁਹਾਡੀ ਗੱਲਬਾਤ ਹੋਈ? ਨਹੀਂ ਨਹੀਂ ਲਗਭਗ ਜਿੰਨੇ ਵੀ ਮਹਿਕਮਿਆਂ ਦੇ ਸੈਕਟਰੀ ਨੇ ਜਿਹੜੀਆਂ ਅਸੀਂ ਮੰਗਾਂ ਲਿਖੀਆਂ ਉਹ ਸਾਰੇ ਵੱਡੇ ਆ ਰਹੇ ਨੇ, ਪ੍ਰਮੁੱਖ ਸਕੱਤਰ ਵੀ ਆਉਣਗੇ ਸੀਐਮ ਦੇ, ਤਾਂ ਉਹਨਾਂ ਨਾਲ ਮੀਟਿੰਗ ਹੈਗੀ ਆ ਅਫਸਰ ਸਾਈ ਨਾਲ। ਉਹਦੇ ਵਿੱਚ ਸ਼ਹੀਦਾਂ ਪਰਿਵਾਰਾਂ ਤੇ ਸਥਾਈ ਪਾਲਿਸੀ ਬਣਾਉਣਾ, ਪਰਾਲੀ ਪ੍ਰਬੰਧਨ ਦਾ ਕਰਨਾ, DAP ਦੀ ਤੁਹਾਨੂੰ ਪਤਾ ਪੰਜਾਬ 'ਚ ਕਿੰਨਾ ਸਮੱਸਿਆ ਹੈਗੀ ਆ, ਔਰ ਇਸ ਵੇਲੇ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜੇ ਇਸ਼ੂ ਹੈਗੇ ਆ, ਗੰਨੇ ਦਾ ਬਕਾਇਆ, ਕਦੋਂ ਗਾਹਾਂ ਮਿੱਲਾਂ ਚੱਲਣੀਆਂ ਹੈਗੀਆਂ, ਠੀਕ ਆ, ਇਹਦੋ ਗਾਂ ਜਿਵੇਂ ਦੂਜੀਆਂ ਸਾਡੀਆਂ ਫਸਲਾਂ ਰੁਲ ਗਈਆਂ ਮੰਡੀਆਂ 'ਚ, ਬਾਸਮਤੀ ਰੁਲ ਗਈ ਆ, ਜਾਂ ਕਪਾਹ ਦੇ ਮਸਲੇ ਸਾਡੇ ਉਹ ਨਹੀਂ ਸਿਰੇ ਲੱਗ ਰਹੇ, ਜਾਂ ਗੰਨੇ ਦਾ ਫਸਲ ਆ, ਤੋ ਇਹਨਾਂ ਮਸਲਿਆਂ ਦੇ ਜਿਹੜੇ ਪੰਜਾਬ ਦੇ ਇਸ਼ੂ ਆ ਉਹਦੇ 'ਤੇ ਅਸੀਂ ਗੱਲ ਕਰਾਂਗੇ। ਠੀਕ ਹੈ, ਅਤੇ ਕਈ ਪਹਿਲਾਂ ਵੀ ਮੀਟਿੰਗਸ ਹੋਈ ਹੈ, ਪਰਾਲੀ ਦਾ ਇਸ਼ੂ ਬਹੁਤ ਜ਼ਿਆਦਾ ਇਸ ਟਾਈਮ ਹੋਇਆ ਹੋਇਆ, ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਜਿਸ ਤਰ੍ਹਾਂ ਕਹਿ ਰਹੇ ਕਿ ਵੀ ਪਰਾਲੀ ਦਾ ਜਿਹੜਾ ਇਸ਼ੂ ਚੱਲ, ਸਾਨੂੰ ਲੱਗਦਾ ਪਰਾਲੀ ਦਾ ਇਸ਼ੂ ਉਸ ਹਿਸਾਬ ਨਾਲ ਨਹੀਂ ਹੈਗਾ ਜਿੰਨਾ ਕੇਂਦਰ ਵਰਸਸ ਪੰਜਾਬ ਆ। 2% ਪ੍ਰਦੂਸ਼ਣ ਵਾਲੇ 'ਤੇ ਸਾਰੀ ਡਿਬੇਟ ਚੱਲ ਰਹੀ ਆ, 51% ਇੰਡਸਟਰੀ 'ਤੇ ਕੋਈ ਡਿਬੇਟ ਨਹੀਂ, 25% ਆਵਾਜਾਈ ਦੇ ਸੰਸਾਧਨ ਨਹੀਂ, ਅਸੀਂ ਤਾਂ ਉਹ ਵੀ ਕਹਿੰਦੇ ਵੀ ਅੱਗ ਲਾਉਣ ਨੂੰ ਤਿਆਰ ਨਹੀਂ, ਸਾਡਾ ਹੱਲ ਕਰ ਦਿਓ। ਅਸਲ ਵਿੱਚ ਇਹ ਪੋਲੀਟੀਕਲ ਇਸ਼ੂ ਜ਼ਿਆਦਾ ਵਾ, ਪੋਲੂਸ਼ਨ ਵਾਲਾ ਮਸਲਾ ਘੱਟ ਆ, ਅਸੀਂ ਚਾਹੁੰਦੇ ਮਸਲੇ ਤਾਂ ਹੱਲ ਕਰ ਦੇਖਦੇ। ਤੁਸੀਂ ਹੁਣ 4-5 ਪੁਆਇੰਟ ਜਿਹੜੇ ਹੈਗੇ ਆਪਣੀ ਵੀ ਤਰਫ ਤੋਂ ਜਿਹੜੇ ਪੁਆਇੰਟਸ ਲੈ ਕੇ ਆਏ ਹੋ, ਮੇਨ ਜਿਹੜੇ ਪੁਆਇੰਟਸ ਨੇ ਪੰਜਾਬ ਦੇ ਇਸ਼ੂ ਤੁਸੀਂ ਲੈ ਕੇ ਆਏ ਹੋ ਅੱਜ ਸੀਨੀਅਰ ਅਧਿਕਾਰੀ ਦੇ ਨਾਲ, ਪਹਿਲਾਂ ਵੀ ਹਾਲਾਂਕਿ ਮੀਟਿੰਗ ਹੋਈ ਹੈ, ਤੁਹਾਡੇ ਮੇਨ ਇਸ਼ੂ ਅੱਜ ਕੀ ਰਹਿਣ ਵਾਲੇ? ਕਿਉਂਕਿ ਦੇਖੋ ਲਗਾਤਾਰ ਮੀਟਿੰਗਸ ਹੁੰਦੀ ਹੈ ਸਰਕਾਰ ਦੇ ਨਾਲ, ਅਧਿਕਾਰੀਆਂ ਦੇ ਨਾਲ, ਔਰ ਉਸ ਮੁੱਦੇ 'ਤੇ ਤੁਸੀਂ ਵੀ ਗੱਲਬਾਤ ਕਰਦੇ ਹੋ, ਮੇਨ ਇਸ਼ੂ ਜਿਹੜੇ ਹੈਗੇ ਪੰਜਾਬ? ਇੱਕ ਤਾਂ ਭਾਰਤ ਮਾਲਾ ਯੋਜਨਾ ਵਾ, ਸ਼ਹੀਦ ਪਰਿਵਾਰਾਂ ਦੀ ਨੌਕਰੀਆਂ ਦਾ ਮਸਲਾ, ਗੰਨੇ ਦਾ ਬਕਾਇਆ, ਮੰਡੀ ਦੀ ਖਰੀਦ ਦਾ ਇਸ਼ੂ ਹੈਗਾ, ਇਹ ਸਾਰੇ ਇਸ਼ੂ ਅਸੀਂ ਮੇਨ ਹੀ ਚੱਕ ਰਹੇ ਹਾਂ। ਤੁਹਾਨੂੰ ਵੀ ਮੰਗ ਪੱਤਰ ਭੇਜਿਆ ਸੀ, ਉਹ 'ਚ ਚੱਕਾਂਗੇ। ਠੀਕ ਹੈ, ਔਰ ਕਿਹੜੀ ਕਿਹੜੀ ਜਥੇਬੰਦੀਆਂ ਇੱਥੇ ਪਹੁੰਚੇ? ਸਾਰੇ ਲਗਭਗ ਦੋਵੇਂ ਫੋਰਮਾਂ ਦੀ ਲੀਡਰਸ਼ਿਪ ਹੈਗੀ। ਠੀਕ ਹੈ, ਕੌਣ ਕੌਣ ਇੱਥੇ ਪਹੁੰਚਿਆ? ਇਹ ਦੇਖੋ ਕਾਕਾ ਸਿੰਘ ਆ ਗਏ ਆ, ਉਹਨਾਂ ਦੇ ਹੋਰ ਆਗੂ ਆਏ ਹੋਏ ਆ, ਇੱਧਰ ਫੂਲ ਸਾਹਿਬ ਨੇ, ਲੌਂਗੋਵਾਲ ਸਾਹਿਬ ਨੇ, ਠੀਕ ਆ, ਆਪਣੇ ਸਾਨੀ ਸਾਹਿਬ ਨੇ, ਆਪਣੀ ਜਥੇਬੰਦੀ ਦੇ ਆਗੂ ਸਾਰੇ। ਤੇ ਕੱਲ ਜਿਹੜੇ ਮੰਤਰੀ ਉਹਨਾਂ ਵੱਲੋਂ ਕਿਹਾ ਜਿਹੜੇ ਰੋਕੋ ਅੰਦੋਲਨ ਕਰਦੇ ਆ ਉਹ ਨਹੀਂ ਕਰਨਾ ਚਾਹੀਦਾ, ਲੋਕਾਂ ਨੂੰ ਕਾਫੀ ਦਿੱਕਤ ਆ। ਦੇਖੋ ਰੇਲ ਰੋਕੋ ਅੰਦੋਲਨ ਚੱਲ ਹੀ ਨਹੀਂ ਰਿਹਾ, ਉਹ ਨਹੀਂ ਹੈਗਾ, ਮੈਨੂੰ ਲੱਗਦਾ ਪਤਾ ਨਹੀਂ ਕਿੱਥੋਂ ਬਿਆਨ ਹੈਗਾ, 2 ਘੰਟੇ ਦਾ ਸੰਬੋਲਿਕ ਰੇਲ ਰੋਕੋ ਸੀਗਾ ਉਹ ਕਰ ਲਿਆ, ਬਾਕੀ ਨਹੀਂ। ਅੱਛਾ, ਠੀਕ ਹੈ, ਤੇ ਤੁਸੀਂ ਅੱਜ ਇਹ ਜਿਹੜੇ ਸਰਵਿੰਦਰ ਪੰਧੇਰ ਨੇ, ਹੋਰ ਵੀ ਜਿਹੜੇ ਲੀਡਰਸ ਨੇ ਉਹ ਪਹੁੰਚ ਰਹੇ ਨੇ, ਲੀਡਰ ਸਾਹਿਬ ਅੱਜ ਤੁਸੀਂ ਪਹੁੰਚ ਰਹੇ ਹੋ, ਪੰਧੇਰ ਸਾਹਿਬ ਵੀ ਪਹੁੰਚ ਰਹੇ ਨੇ, ਕਈ ਇਸ਼ੂਜ਼ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਜਾ ਰਹੀ, ਮੇਨ ਇਸ਼ੂ ਤੁਸੀਂ ਕੀ ਲੈ ਕੇ? ਦੇਖੋ ਮੇਨ ਇਸ਼ੂ ਤਾਂ ਹੈਗੇ ਜਿਹੜੀਆਂ ਸਾਡੀਆਂ ਮੋਰਚੇ ਨਾਲ ਸੰਬੰਧਿਤ ਮੰਗਾਂ ਨੇ ਪੰਜਾਬ ਸਰਕਾਰ ਨਾਲ। ਦੂਜੇ ਜਿਹੇ ਜੇ ਪੰਜਾਬ ਦੇ ਹਾਲਾਤ, ਹੁਣ ਝੋਨੇ ਦਾ ਸੀਜ਼ਨ ਹੈ, ਉਹ ਸਮੱਸਿਆ ਕਿਸਾਨਾਂ ਦੀ, DPA ਨਹੀਂ ਮਿਲ ਰਹੀ, ਇਹ ਮੌਕੇ ਦੀਆਂ ਜਿਹੜੇ ਇਸ਼ੂ ਨੇ ਇਹ ਅਸੀਂ ਵਿਚਾਰਾਂਗੇ ਸਰਕਾਰ ਕੀ ਕਹਿੰਦੀ ਹੈ। ਠੀਕ ਹੈ, ਤੁਸੀਂ ਵੀ ਆਪਣੇ ਪੁਆਇੰਟਸ ਜਿਹੜੇ ਲੈ ਕੇ ਆਏ ਹੋ, ਚਾਹੇ ਉਹ ਕੋਈ ਵੀ ਇਸ਼ੂ ਹੋਵੇ। ਮੈਂ ਤੁਹਾਨੂੰ ਇਹ ਕਹਿਣਾ ਵੀ ਮੇਨ ਤਾਂ ਜਿਹੜੀਆਂ ਸਾਡੀਆਂ 12 ਮੰਗਾਂ ਨਾਲ ਸੰਬੰਧਿਤ, ਚਾਹੇ ਸ਼ੰਭੂ ਹੈ, ਖਨੌਰੀ ਆ, ਉਹ ਹੈਗੀਆਂ। ਠੀਕ ਹੈ, ਜਿਹੜੀਆਂ ਫੌਰੀ ਹੋਈਆਂ ਹੁਣ ਮੌਕੇ 'ਤੇ, ਜਿਵੇਂ DAP ਦਾ ਬੁਰਾ ਹਾਲ ਹੈ, ਦੁਕਾਨਦਾਰ ਕੋਈ ਕਹਿੰਦਾ ਵੀ ਇਹ ਨਾਲ ਚੀਜ਼ ਲਾਉਣੀ, ਇਹ ਚੀਜ਼ ਨਾਲ ਲਾਉਣੀ ਹੈ, ਮਜਬੂਰੀ ਬਣਾਈ ਹੋਈ ਹੈ, ਬਾਕੀ ਜਿਹੜਾ ਨਕਲੀ DAP ਦਾ। ਠੀਕ ਹੈ, ਅਤੇ ਬਿਲਕੁਲ ਅੱਜ ਜਿਹੜੇ ਕਿਸਾਨ ਜਥੇਬੰਦੀ ਨੇ ਜਿਹੜੇ ਫੋਰਮ ਹੈ ਉਹ ਇੱਥੇ ਪਹੁੰਚੇ ਹੋਏ ਨੇ, ਜਿਹਦਾ ਸਰਵਨ ਪੰਧੇਰ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਕਈ ਚੀਜ਼ਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਨੀ, ਜਿਹਦੇ ਵਿੱਚ ਪਰਾਲੀ ਦੀ ਵੀ ਅਸੀਂ ਗੱਲ ਕਰ ਲਈਏ, DAP ਦੀ ਅਸੀਂ ਗੱਲ ਕਰ ਲਈਏ, ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਸੈਕਟਰੀ ਨੇ, ਅਧਿਕਾਰੀ ਨੇ, ਉਹ ਇੱਥੇ ਪਹੁੰਚੇ ਨੇ, ਅਤੇ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ। ਹਾਲਾਂਕਿ ਕਈ ਪੁਆਇੰਟਸ ਲੈ ਕੇ ਇੱਥੇ ਪਹੁੰਚੇ ਨੇ ਜਿਹੜੇ ਵੀ ਕਿਸਾਨ ਲੀਡਰਸ ਨੇ, ਕਿਸਾਨ ਜਥੇਬੰਦੀ ਨੇ, ਉਹ ਹੁਣ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ, ਕਿਸ ਤਰ੍ਹਾਂ ਦੀ ਗੱਲਬਾਤ ਸਰੇ ਚੜ੍ਹਦੀ ਹੈ, ਇਹ ਜ਼ਰੂਰ ਦੇਖਣਾ ਹੋਵੇਗਾ, ਕਿਉਂਕਿ ਅੱਜ 2 ਵਜੇ ਦਾ ਸਮਾਂ ਸੀ ਪੰਜਾਬ ਭਵਨ ਸੈਕਟਰ 3 ਦੇ ਵਿੱਚ, ਔਰ ਹੁਣ ਮੀਟਿੰਗ ਵਾਸਤੇ ਸਾਰੇ ਜਿਹੜੇ ਕਿਸਾਨ ਲੀਡਰ ਹੈ ਉਹ ਪਹੁੰਚ ਚੁੱਕੇ ਨੇ, ਅਤੇ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ। ਹਾਲਾਂਕਿ ਅਧਿਕਾਰੀ
ਜਿਹੜੇ ਉਹ ਅੰਦਰ ਮੌਜੂਦ ਨੇ, ਜਿਹੜੀ ਵੀ ਮੀਟਿੰਗ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਹੋਣਗੀਆਂ, ਇਹ ਪੂਰਾ ਮੰਗ ਪੱਤਰ ਜਿਹੜਾ ਲੈ ਕੇ ਆਏ ਨੇ ਉਹ ਵੀ ਹੁਣ ਦਿੱਤਾ ਜਾਵੇਗਾ, ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ, ਕਈ ਇਸ਼ੂਜ਼ ਨੂੰ ਲੈ ਕੇ ਅੱਜ ਇਹ ਅਹਿਮ ਮੀਟਿੰਗ ਹੋਣੀ ਵਾਲੀ ਹੈ ਅਤੇ 2 ਵਜੇ ਦਾ ਸਮਾਂ ਇਹਨਾਂ ਨੂੰ ਦਿੱਤਾ ਗਿਆ ਸੀਗਾ, ਜਿਸ ਨੂੰ ਲੈ ਕੇ ਅੱਜ ਪੰਜਾਬ ਭਵਨ ਦੇ ਵਿੱਚ ਇਹ ਅਹਿਮ ਮੀਟਿੰਗ ਹੋਣ ਵਾਲੀ ਹੈ। ਹਾਲਾਂਕਿ ਮੋਰਚੇ ਦੇ ਸੰਬੰਧਿਤ ਦੇ ਨਾਲ ਅਸੀਂ ਗੱਲ ਕਰ ਲਈ, ਸ਼ੰਭੂ ਮੋਰਚਾ ਦੀ ਅਸੀਂ ਗੱਲ ਕਰ ਲਈ, ਹੋਰ ਜਿਹੜੇ ਮੋਰਚੇ ਲੱਗੇ ਹੋਏ ਨੇ ਉਸ ਦੇ ਮੱਦੇਨਜ਼ਰ ਅੱਜ ਮੀਟਿੰਗ ਜਿਹੜੀ ਹੈ ਅਹਿਮ, ਉਹਦੇ ਵਿੱਚ ਵੀ ਗੱਲਬਾਤ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਹੋਣੀ ਚਾਹੀਦੀ ਹੈ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅੱਜ ਮੀਟਿੰਗ ਜਿਹੜੀ ਹੈ ਉਹ ਸੱਦੀ ਗਈ ਹੈ ਔਰ 2 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ, ਜਿਹਦੇ ਵਿੱਚ ਕਿਸਾਨ ਲੀਡਰਸ ਪਹੁੰਚ ਚੁੱਕੇ ਨੇ ਅਤੇ ਅਧਿਕਾਰੀਆਂ ਦੇ ਨਾਲ ਹੁਣ ਥੋੜ੍ਹੀ ਦੇਰ ਤੱਕ ਮੀਟਿੰਗ ਜਿਹੜੀ ਹੈ ਸ਼ੁਰੂ ਹੋਏਗੀ। ਪੂਰੇ ਪੁਆਇੰਟਸ ਬਣਾ ਕੇ ਲੈ ਕੇ ਆਏ ਨੇ ਜਿਹਦੇ ਵਿੱਚ ਗੱਲਬਾਤ ਅੱਜ ਕੀਤੀ ਜਾਣੀ। ਚੰਡੀਗੜ੍ਹ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।